ਇਸ ਵੇਲੇ ਦੀ ਵੱਡੀ ਖਬਰ ਤਰਨ ਤਾਰਨ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਖੁਵਾਸਪੁਰ ਪਿੰਡ ਦੇ ਅੰਦਰ ਫਾਇਰਿੰਗ ਹੋਈ ਹੈ। ਦੋ ਧਿਰਾਂ ਦੇ ਵਿਚਾਲੇ ਗੋਲੀਆਂ ਚੱਲੀਆਂ ਨੇ, ਗੋਲੀਆਂ ਲੱਗਣ ਦੇ ਕਾਰਨ ਇੱਕ ਸ਼ਖਸ ਦੀ ਮੌਤ ਹੋ ਗਈ ਹੈ। ਤਾਂ ਦੱਸ ਦਈਏ ਕਿ ਝੜਪ ਦੇ ਵਿੱਚ ਦੋ ਲੋਕ ਹੋਰ ਵੀ ਜ਼ਖਮੀ ਹੋਏ ਨੇ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਮ੍ਰਿਤਕ ਦੀ ਪਹਿਚਾਣ ਬਲਵਿੰਦਰ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਇਲਾਕਾ ਸੀਲ ਕਰ ਦਿੱਤਾ ਹੈ, ਜਿੱਥੇ ਗੋਲੀਆਂ ਚੱਲੀਆਂ ਨੇ ਛਾਣਬੀਨ ਕੀਤੀ ਜਾ ਰਹੀ ਹੈ, ਖੋਲ ਇਕੱਠੇ ਕੀਤੇ ਜਾ ਰਹੇ ਨੇ ਗੋਲੀਆਂ ਦੇ। ਤਾਂ ਤਰਨ ਤਾਰਨ ਸਾਹਿਬ ਦੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਵਿੱਚ ਪਿੰਡ ਖੁਵਾਸਪੁਰ ਵਿਖੇ ਰੰਜਿਸ਼ ਦੇ ਚੱਲਦਿਆਂ ਦੋ ਧਿਰਾਂ ਦੇ ਵਿੱਚ ਲੜਾਈ ਹੁੰਦੀ ਹੈ, ਗੋਲੀਆਂ ਚੱਲਦੀਆਂ ਨੇ, ਠਾਂ ਠਾਂ ਕਰਕੇ ਇੱਕ ਦੂਜੇ 'ਤੇ ਫਾਇਰ ਕੀਤੇ ਜਾਂਦੇ ਨੇ। ਤਾਂ ਉਸ ਤੋਂ ਬਾਅਦ ਇੱਕ ਸ਼ਖਸ ਦੀ ਇਸ ਫਾਇਰਿੰਗ ਦੌਰਾਨ, ਇਸ ਗੋਲੀਬਾਰੀ ਦੌਰਾਨ ਮੌਤ ਹੋ ਜਾਂਦੀ ਹੈ, ਜਿਸ ਦੀ ਪਹਿਚਾਣ ਬਲਵਿੰਦਰ ਸਿੰਘ ਹੋਈ ਹੈ। ਆਓ ਪਰਿਵਾਰਕ ਮੈਂਬਰਾਂ ਤੋਂ ਜਾਣਦੇ ਹਾਂ ਆਖਿਰਕਾਰ ਲੜਾਈ ਦਾ ਕਾਰਨ ਕੀ ਸੀ। ਮੈਂ ਘਰੇ ਸੀ ਅਤੇ ਉਹਨਾਂ ਨੇ ਮਤਲਬ ਗੋਲੀਆਂ ਚਲਾ ਕੇ ਗਏ ਤਾਏ ਵੱਡੇ 'ਤੇ, ਅਤੇ ਨਾਲ ਦੋ ਤਿੰਨ ਮਤਲਬ ਭਰਾ ਸੀ ਮੇਰੇ ਤਾਏ ਚਾਚੇ ਦੇ, ਅਤੇ ਉਹਨਾਂ 'ਤੇ ਗੋਲੀਆਂ ਚਲਾ ਕੇ ਗਏ। ਇਹ ਮੰਨੇ ਹੋਣੀ ਗੱਲ ਉੱਥੇ ਨਾ ਸਾਹ ਸੰਗਤ ਹੋ ਗਿਆ ਸੀ ਉਹਨਾਂ ਦਾ ਜੱਸੂ ਵਾਲਿਆਂ ਦਾ, ਮੈਂ ਤਾਂ ਲੱਗ ਦੀਦੀ ਤੋਂ ਗਿਆ ਸੀ ਭੈਣ ਆਪਦੀ ਤੋਂ ਘਰ, ਉਹਨਾਂ ਦੇ ਉੱਦਾਂ ਗਿਆ, ਉਹਨਾਂ ਨੇ ਮਤਲਬ ਕਿ ਉਹਨਾਂ ਦਾ ਦਹਿ ਕਰਨਾ, ਆਣ ਕੇ ਮੇਰੀ ਭੈਣ 'ਤੇ ਨਾ ਇੱਥੇ ਪਿਸਟਲ ਰੱਖਤਾ ਉਹਨਾਂ ਨੇ। ਮੈਨੂੰ ਮੈਂ ਉਹਨਾਂ ਨੂੰ ਕਿਹਾ ਮੈਂ ਕਿਉਂ ਕਰਨ ਦਿਆ, ਤੁਸੀਂ ਉਹਨਾਂ ਵੱਲ ਜਾਓ ਜਿਹੜੇ ਹੈਗੇ ਆ, ਅਤੇ ਉਹ ਇਸੇ ਗੱਲੋਂ ਮੇਰੇ ਵੱਲ ਵੀ ਆ ਗਏ, ਮੇਰੇ ਰੱਖ 'ਤੇ ਚਾਰ ਪਿਸਟਲ ਰੱਖੇ ਉਹਨਾਂ ਨੇ ਮੇਰੇ 'ਤੇ। ਪ੍ਰੋਗਰਾਮ ਰੋਕਣਾ ਚਾਹੁੰਦੀ ਸੀ? ਹਾਂਜੀ ਹਾਂਜੀ। ਕੀ ਕਹਿੰਦੇ ਸੀ? ਅਤੇ ਉਹ ਕਹਿੰਦੇ ਕਿ ਤੁਸੀਂ ਆਹ ਸਾਹ ਸੰਗਤ ਬੰਦ ਕਰੋ। ਹਾਂਜੀ। ਕਿੰਨੇ ਜਾਣੇ ਸੀ ਜਿਨ੍ਹਾਂ ਨੇ ਗੋਲੀਆਂ ਚਲਾਈਆਂ? ਉਹ ਹੈਗੇ ਤਿੰਨ ਚਾਰ ਜਾਣੇ। ਆਪਣੀ ਕਿਹਦੀ ਡੈਥ ਹੋਈ ਤੁਹਾਡੇ? ਹਾਂਜੀ, ਤਾਇਆ ਜੀ ਮੇਰੇ। ਹੋਰ ਜ਼ਖਮੀ ਕੌਣ ਆਇਆ ਤੁਹਾਡੇ? ਜ਼ਖਮੀ ਇੱਕ ਸ਼ਮਸ਼ੇਰ ਸਿੰਘ ਹੈ ਅਤੇ ਇੱਕ ਬੋਲ। ਹਾਂਜੀ, ਕੱਲ ਤੋਂ ਸ਼ੁਰੂ ਕਰੀਏ ਜੀ। ਮੇਰਾ ਨਾਂ ਜਗਤਾਰ ਸਿੰਘ ਖੁਵਾਸਪੁਰ ਆ ਜੀ। ਮੈਂ ਪਿਛਲੇ ਕਾਫੀ ਸਮੇਂ ਦੌਰਾਨ ਤੋਂ ਬਚਪਨ ਤੋਂ ਹੀ ਬਹੁਜਨ ਸਮਾਜ ਪਾਰਟੀ ਵਿੱਚ ਸੇਵਾ ਕਰ ਰਿਹਾ। ਐਜ ਏ ਇਸ ਵਕਤ ਮੈਂ ਜ਼ਿਲ੍ਹੇ ਦਾ ਇੰਚਾਰਜ ਆ ਬਹੁਜਨ ਸਮਾਜ ਪਾਰਟੀ ਦਾ। ਔਰ ਅਸੀਂ ਕੱਲ੍ਹ ਸ਼ਾਮੀ ਅਸੀਂ ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਗੁਰਪੁਰਬ ਤੋਂ ਸਮਾਪਤੀ ਕਰਕੇ ਗੁਰਦੁਆਰੇ ਤੋਂ ਵਾਪਸ ਆ ਰਿਹਾ ਸੀ। ਔਰ ਮੈਂ ਅਤੇ ਮੇਰਾ ਬੇਟਾ ਲਾਗੇ ਸਾਡੀ ਇੱਕ ਰਿਸ਼ਤੇਦਾਰ ਦੇ ਵਿੱਚ, ਪਰਿਵਾਰ ਦੇ ਵਿੱਚ ਇੱਕ ਮੇਰੇ ਸਾਲੀ ਦੀ ਲੜਕੀ ਵਿਆਹ ਸੀ, ਉੱਧਰ ਮੇਰਾ ਬੇਟਾ ਕਹਿੰਦਾ ਮੈਂ ਜਾਣਾ, ਮੈਨੂੰ ਫੋਨ ਆਇਆ ਵਾ ਅਤੇ ਤੁਸੀਂ ਡੈਡੀ ਜੀ ਘਰ ਚਲੋ। ਜਦੋਂ ਮੇਰਾ ਬੇਟਾ ਉੱਧਰ ਗਿਆ, ਉੱਧਰ ਉਹ ਸਤਸੰਗ ਹੋ ਰਿਹਾ ਸੀ ਈਸਾ ਮਸੀਹ ਵਾਲਿਆਂ ਦਾ ਜੀ, ਤਾਂ ਉਸ ਵਕਤ ਮੇਰੇ ਉਹਨਾਂ ਸਾਰੇ ਚਾਰ ਆਦਮੀ ਸੀ ਦੱਸਦੇ ਸੀ ਮੌਕੇ 'ਤੇ ਵੀ ਚਾਰ ਆਦਮੀਆਂ ਨੇ ਗੰਨਾ ਕੱਢੀਆਂ ਅਤੇ ਉਹਨਾਂ 'ਤੇ ਮਤਲਬ ਬੰਦ ਕਰਾਉਣ ਦੀ ਕੋਸ਼ਿਸ਼ ਕੀਤੀ, ਉਹਨਾਂ ਨੂੰ ਧੱਕੇ ਵੀ ਮਾਰੇ ਔਰ ਉਹਨਾਂ ਨੂੰ ਦੁਰਵਿਹਾਰ ਵੀ ਕੀਤਾ। ਅਤੇ ਮੇਰੇ ਬੇਟੇ ਨੇ ਜਾ ਕੇ ਉਹਨਾਂ ਦਾ ਵਿਰੋਧ ਕੀਤਾ ਵੀ ਤੁਸੀਂ ਚਲੋ ਇਹ ਬੰਦ ਕਰ ਦੇਣਗੇ, ਵੀ ਤੁਸੀਂ ਨਾ ਕਰੋ ਇੱਦਾਂ, ਇਹਨਾਂ ਨੂੰ ਕਰ ਲੈਂਦੇ ਹੋ। ਆਏ ਪਾਸਟਰ ਆਏ, ਪਾਸਟਰਾਂ ਨੂੰ ਵੀ ਧਮਕੀ ਕੀਤੀ, ਤਾਂ ਉਹਨਾਂ ਨੇ ਮੇਰਾ ਬ੍ਰਦਰ ਸਵੇਰੇ ਜਿਹੜਾ ਅੱਜ ਜਦੀ ਡੈਥ ਹੋ ਚੁੱਕੀ ਆ, ਮੇਰਾ ਬ੍ਰਦਰ ਉਹਨਾਂ ਦੇ ਘਰ ਆ ਵੱਡਾ ਹੋਣ ਦੇ ਨਾਤੇ, ਕਹਿੰਦਾ ਮੈਂ ਉਹਨਾਂ ਦੇ ਘਰ ਜਾ ਕੇ ਕਹਿ ਕੇ ਆਉਣਾ ਵੀ ਤੁਹਾਡੀ ਕੋਈ ਦੁਸ਼ਮਣੀ ਤਾਂ ਕੋਈ ਹੈ ਨਹੀਂ, ਕਿ ਤੁਸੀਂ ਮਤਲਬ ਇੱਦਾਂ ਕਿਉਂ ਮਤਲਬ ਸਾਡੇ ਨਾਲ ਕਰਦੇ ਜੋ, ਸਾਡੇ ਬੇਟੇ ਨੂੰ ਕਿਉਂ ਘੇਰਿਆ। ਤਾਂ ਉਹਨਾਂ ਨੇ ਇਹਨਾਂ ਦੀ ਰੰਜਿਸ਼ ਦੇ ਵਿੱਚ ਐਸੀ ਹੋਣ ਦੇ ਨਾਤੇ, ਉਹ ਜਾਂ ਤਾਂ ਉਹਨਾਂ ਨੇ ਉਹਦੀ ਮਾਂ ਨੇ ਕੋਈ ਗਲਤ ਜਾਂ ਕਿਸ ਤਰ੍ਹਾਂ ਦਾ ਉਹਨੇ ਸਾਨੂੰ ਚੈਲੰਜ ਕਰਕੇ, ਅਸੀਂ ਉਸ ਗੱਲ ਨੂੰ ਗੰਭੀਰ ਨਾ ਲਿਆ ਔਰ ਉਹ ਸਾਡੇ ਘਰੇ ਮਤਲਬ ਸਿੱਧੀਆਂ ਗੋਲੀਆਂ ਚਲਾਉਣ ਵੱਲ ਆਇਆ। ਜਦੋਂ ਮੇਰਾ ਬ੍ਰਦਰ ਅਸੀਂ ਭੋਗਤਵਾ ਰਹੇ ਸੀ, ਅੱਜ ਦੀ ਮਿਤੀ ਦੇ ਵਿੱਚ ਅੱਜ ਅਸੀਂ ਉੱਥੋਂ ਭੋਗਤਵਾ ਰਹੇ ਸੀ, ਅਸੀਂ 15 ਕੁ ਮਿੰਟ ਪਿੱਛੇ ਸੀ ਔਰ ਜਿਹਨਾਂ ਗੋਲੀਆਂ ਪੁਲ 'ਤੇ ਉਤਰਦਿਆਂ ਸਾਰੀ ਉਹਨਾਂ ਦੇ ਪਿਸਟਲ ਹੱਥ ਸੀ ਜਾਲਾ ਔਰ ਗੋਲੀਆਂ ਚਲਾਈਆਂ ਔਰ ਹੋਰ ਵੀ ਸਾਡੇ ਦੋ ਲੋਕਾਂ 'ਤੇ ਵੱਜੀਆਂ, ਜਿਹਦੇ ਵਿੱਚੋਂ ਇੱਕ ਦਾ ਨਾਮ ਬੌਬੀ ਆ ਸਾਨੂੰ ਪਰਜਿੰਦਰ ਸਿੰਘ ਆ, ਇੱਕ ਦਾ ਨਾਮ ਸ਼ਮਸ਼ੇਰ ਸਿੰਘ ਆ ਸਾਨੂੰ ਕੁਲਦੀਪ ਸਿੰਘ ਆ, ਇਹ ਸਾਡੇ ਭਤੀਜੇ ਲੱਗਦੇ ਨੇ ਵਿਹੜੇ ਦੇ ਵਿੱਚੋਂ। ਉਹ ਬੜੀ ਆਪਣੀ ਮਾਨ ਵਾਲੇ ਮਤਲਬ ਅੰਨੇ ਬਾਅਦ ਜਿਹੜੀ ਫਾਇਰਿੰਗ ਕਰਕੇ ਜਿਹੜੀ ਉਹਨਾਂ ਕੀਤੀ ਆ ਔਰ ਅਸੀਂ ਚਾਹੁੰਦੇ ਹਾਂ ਕਿ ਇਹੋ ਬੰਦੇ ਕਿਹੜੇ ਆ। ਮੰਨਾ ਸਿੰਘ ਖੁਵਾਸਪੁਰ ਦਾ ਹੀ ਆ ਜੀ, ਉਹਦਾ ਸਨ ਆਫ ਉਹਦਾ ਡੈਡੀ ਦਾ ਨਾਮ ਪ੍ਰਤਾਪ ਸਿੰਘ ਆ
ਮੰਨਾ ਉਹਨੇ ਮੰਨ ਕੱਲ੍ਹ ਤੱਕ ਉਹਨਾਂ 'ਤੇ ਬਹੁਤ ਜਾ ਕੇ ਜ਼ੁਲਮ ਕੀਤਾ ਅਤੇ ਉਹਦੇ ਵਿਰੋਧ ਦੇ ਵਿੱਚ ਸਾਡੇ 'ਤੇ ਗੋਲੀ ਚਲਾਈ ਵੀ ਤੁਸੀਂ ਸਾਨੂੰ ਕਿਉਂ ਰੋਕਿਆ ਉਹਨਾਂ ਨੂੰ ਕੁੱਟਣ ਤੋਂ ਮਾਰਨ ਤੋਂ। ਅਸੀਂ ਉਹ ਸਾਈ ਭਾਈਚਾਰੇ ਦਾ ਪ੍ਰੋਗਰਾਮ ਹੋ ਰਿਹਾ ਸੀ ਉਹਦਾ ਅਸੀਂ ਹੈਲਪ ਕਰਨ ਦੀ ਸਾਡੇ ਬੇਟੇ ਨੇ ਮੇਰੀ ਕੋਸ਼ਿਸ਼ ਕੀਤੀ ਔਰ ਇਸੇ ਹੀ ਮਤਲਬ ਲਾਮਾ ਦੇਣ ਦੀ ਮਤਲਬ ਮੇਰੇ ਬੇਟੇ ਨੂੰ ਉਹਦਾ ਤਾਇਆ ਲਾਮਾ ਦੇਣ ਗਿਆ ਅਤੇ ਇਸੇ ਕਰਕੇ ਹੀ ਇੱਕ ਜਾਤੀ ਦੇ ਆਧਾਰ 'ਤੇ ਮੈਂ ਤਾਂ ਗੱਲ ਕਹੂੰਗਾ ਵੀ ਜਾਤੀ ਦੇ ਆਧਾਰ 'ਤੇ ਵੀ ਇਹ ਗਰੀਬ ਐਸੀ ਭਾਈਚਾਰਾ ਜਨਰਲ ਕੈਟਾਗਰੀ ਦੇ ਤਨਾਵ ਲੋਕਾਂ ਦੇ ਘਰੇ ਲਾਮਾ ਲੈ ਕੇ ਕਿਉਂ ਆਇਆ ਉਹਨੇ ਆਪਣੇ ਬੇਟੇ ਨੂੰ ਗੱਲ ਕੀਤੀ। ਉਹ ਬੇਟਾ ਆਪਣੇ ਸਾਥੀਆਂ ਸਮੇਤ ਅੱਜ ਤਕਰੀਬਨ ਕੋਈ 1 ਵਜੇ ਦੇ ਕਰੀਬ ਅੱਜ ਦੁਪਹਿਰੇ ਗੋਲੀਆਂ ਉਹਨਾਂ ਚਲਾਈਆਂ ਤੜਾਤਾਰ, ਮੇਰਾ ਬ੍ਰਦਰ ਜਿਹੜਾ ਉਹਦੀ ਗੋਲੀਆਂ ਵੱਜੀਆਂ ਸੀ ਬਿਲਕੁਲ ਭੱਜ ਕੇ ਅਸੀਂ ਗਏ ਹਾਂ, ਉਹਨਾਂ ਗੱਡੀ ਭਜਾ ਲਈ ਸਾਡੇ ਜਾਂਦਿਆਂ ਨੂੰ। ਕਿੰਨੇ ਬੰਦਿਆਂ ਦੀ ਡੈਥ ਹੋਈ ਤੇ ਕਿੰਨੇ ਬੰਦੇ ਜ਼ਖਮੀ? ਇੱਕ ਬੰਦੇ ਦੀ ਡੈਥ ਹੋ ਗਈ ਆ, 2 ਜ਼ਖਮੀ ਹੋਏ ਆ ਜੀ। ਉਹਨਾਂ ਦਾ ਕੀ ਨਾਮ? ਹਾਂਜੀ, ਜਿਹਦਾ ਨਾਮ ਕੀ ਆ? ਉਹਦਾ ਨਾਮ ਬਲਵਿੰਦਰ ਸਿੰਘ ਆ ਜੀ, ਉਹ FCI ਦੇ ਵਿੱਚ ਨੌਕਰੀ ਕਰਦੇ ਸੀ, ਬਹੁਤ ਅੰਮ੍ਰਿਤਧਾਰੀ ਸਿੰਘ ਸੀ, ਕੋਈ ਇਹੋ ਜਿਹੀ ਵੈਰ ਵਿਰੋਧ ਕੁਛ ਇਹੋ ਜਿਹਾ ਨਹੀਂ ਸੀ। ਕਿੰਨੇ ਬੰਦੇ ਸੀ ਗਾਧੇ ਤੇ? ਉਹ ਵਿਸਟਾ ਗੱਡੀ ਸੀ, ਚਿੱਟੇ ਰੰਗ ਦੀ ਕਾਰ ਸੀ ਤੇ ਉਹਦੇ ਵਿੱਚ 4 ਜਾਣੇ ਸੀ ਜੀ। ਚਾਰ ਉਹਨਾਂ ਕੋਲ ਪਿਸਟਲ ਸੀ, ਸਾਰੀਆਂ ਗੋਲੀਆਂ ਜਿਹੜੀਆਂ ਮੈਂ ਸਿਖਾਵਾਂ ਵਾਹਵਾ ਗੋਲੀਆਂ ਉਹਨਾਂ ਦੇ ਚਲਾਈਆਂ ਸੁਣੀਆਂ, ਜਿੰਨਾ ਚਿਰ ਅਸੀਂ ਭੱਜ ਕੇ ਕੋਈ 3-4 ਕਿੱਲਿਆਂ ਤੋਂ ਅਸੀਂ ਆਏ ਹਾਂ, ਇਹ ਵੀ ਮੇਰੇ ਸਾਥੀ ਨਾਲ ਸੀ, ਉਹਨਾਂ ਚਿਰ ਨੂੰ ਉਹਨਾਂ ਗੋਲੀਆਂ ਮਾਰ ਕੇ ਉਹ ਆਪਣੀ ਗੱਡੀ 'ਚ ਭਜਾ ਕੇ ਪਰੇ ਨੂੰ ਭੱਜ ਗਏ ਨੇ ਹੋਠੀਆਂ ਵਾਲੀ ਸਾਈਡ ਨੂੰ। ਉਹਨਾਂ ਦੇ ਨਾਂ ਇੱਕ ਨਾਂ ਸ਼ਮਸ਼ੇਰ ਸਿੰਘ, ਛੋਟਾ ਨਾਮ ਉਹਨੂੰ ਸ਼ੇਰਾ ਸਿੰਘ, ਉਹਦੇ ਪਿਤਾ ਨਾਲ ਕੁਲਦੀਪ ਸਿੰਘ ਨੇ, ਇੱਕ ਨਾਲ ਬੋਬੀ ਨੇ, ਉਹਦੇ ਦਾ ਪਿਤਾ ਨਾਲ ਰਜਿੰਦਰ ਸਿੰਘ ਨੇ। ਟੋਟਲ 3 ਜਾਣੇ? ਹਾਂ, ਟੋਟਲ 3 ਜਾਣੇ ਹੋਏ, ਡੈਥ ਹੋ ਚੁੱਕੀ ਆ, 2 ਜ਼ਖਮੀ ਨੇ।